ਸਤਿ ਸ਼੍ਰੀ ਅਕਾਲ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਗਵਰਨਮੈਂਟ ਜੌਬ ਕਰੋ ਤੇ ਜੇਕਰ ਤੁਹਾਨੂੰ ਚਾਹੀਦੀ ਨੇ ਗਵਰਨਮੈਂਟ ਜੌਬ ਬਾਰੇ ਲੇਟੈਸਟ ਅਪਡੇਟ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਬਾਰੇ ਜੋ ਕਿ PPSC ਵੱਲੋਂ ਕੱਢੀ ਗਈ ਹੈ ਸੋ ਇਸ ਨੋਟੀਫਿਕੇਸ਼ਨ ਅਨੁਸਾਰ PPSC ਨੇ ਟੋਟਲ 53 ਵੈਕੈਂਸੀਆਂ ਕੱਢੀਆਂ ਹਨ ਫੋਰ ਦਾ ਪੋਸਟ ਆਫ ਜੂਨੀਅਰ ਇੰਜੀਨੀਅਰ ਸਿਵਲ ਲਈ ਤੇ ਇਸ ਪੋਸਟ ਦੀ ਰਿਕੁਆਇਰਮੈਂਟ ਹੈ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਵਿਚਕਾਰ ਜਿਸ ਲਈ ਤੁਹਾਨੂੰ ਪੇ ਸਕੇਲ ਦਿੱਤਾ ਜਾਊਗਾ 35,400 ਰੁਪਏ ਤੱਕ ਦਾ ਤੇ ਨਾਲ ਦੇ ਨਾਲ ਆਪਾਂ ਗੱਲ ਕਰਦੇ ਹਾਂ ਐਲੀਜੀਬਿਲਟੀ ਕ੍ਰਾਈਟੇਰੀਆ ਬਾਰੇ ਇਸ ਵਿਚਕਾਰ ਉਮਰ ਸੀਮਾ ਇੱਕ ਉਮੀਦਵਾਰ ਦੀ 18 ਤੋਂ ਲੈ ਕੇ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਤੇ ਨਾਲ ਦੇ ਨਾਲ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ ਤੇ ਇਸ ਵਿਚਕਾਰ ਇੱਕ ਉਮੀਦਵਾਰ ਕੋਲ 3 ਸਾਲ ਦਾ ਡਿਪਲੋਮਾ ਜਾਂ 3 ਸਾਲ ਦੀ ਡਿਗਰੀ ਹੋਣੀ ਚਾਹੀਦੀ ਹੈ ਸਿਵਲ ਇੰਜੀਨੀਅਰਿੰਗ ਦੀ ਤੇ ਇਹ ਡਿਗਰੀ ਇਹ ਡਿਪਲੋਮਾ ਜੋ ਹੈ ਹੋਣਾ ਚਾਹੀਦਾ ਕਿਸੇ ਵੀ ਰਿਕਗਨਾਈਜ਼ਡ ਯੂਨੀਵਰਸਿਟੀ ਜਾਂ ਬੋਰਡ ਤੋਂ ਤੇ ਸਭ ਤੋਂ ਇੰਪੋਰਟੈਂਟ ਫੈਕਟਰ ਇਹ ਹੈਗਾ ਕਿ ਜਿਹੜੀ ਉਮੀਦਵਾਰ ਦੀ 10ਵੀਂ ਹੈ ਉਸ ਵਿਚਕਾਰ ਪੰਜਾਬੀ ਸਬਜੈਕਟ ਵੀ ਹੋਣਾ ਚਾਹੀਦਾ ਤੇ ਨਾਲ ਦੇ ਨਾਲ ਪੰਜਾਬੀ ਸਬਜੈਕਟ ਵਿੱਚ ਪਾਸ ਵੀ ਹੋਣਾ ਚਾਹੀਦਾ ਹੈ ਉਮੀਦਵਾਰ ਇੰਪੋਰਟੈਂਟ ਡੇਟ ਦੀ ਆਪਾਂ ਗੱਲ ਕਰਦੇ ਹਾਂ ਤੇ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਫਾਰਮ ਫਿਲ ਤੇ ਸਬਮਿਟ ਕਰਨ ਦੀ ਲਾਸਟ ਡੇਟ ਆ ਉਹ ਹੈਗੀ ਆ 19 ਮਈ 2021 ਤੱਕ ਤੇ ਤੁਸੀਂ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਫੀਸ ਹੈ ਉਹ ਪੇ ਕਰ ਸਕਦੇ ਹੋ ਟਿਲ 26 ਮਈ 2021 ਤੱਕ ਸੋ ਇਹ ਸੀਗੀ ਅੱਜ ਦੀ ਲੇਟੈਸਟ ਇਨਫੋਰਮੇਸ਼ਨ ਰਿਗਾਰਡਿੰਗ ਗਵਰਨਮੈਂਟ ਜੌਬ ਜੇਕਰ ਤੁਹਾਨੂੰ ਇਦਾਂ ਦੀ ਇਨਫੋਰਮੇਸ਼ਨ ਚਾਹੀਦੀ ਹੈ ਤੁਹਾਡੇ ਫੋਨ 'ਚ ਤਾਂ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜ਼ਰੂਰ ਜੁਆਇਨ ਕਰਿਓ ਤੇ ਨਾਲ ਦੇ ਨਾਲ ਵਿਜ਼ਿਟ ਕਰੋ ਸਾਡੀ ਵੈਬਸਾਈਟ www.governmentjobkaro.com ਐਨਰੋਲ ਕਰੋ ਸਾਡੇ ਕੋਰਸਾਂ ਨੂੰ ਵੀ ਤੇ ਨਾਲ ਦੇ ਨਾਲ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਧੰਨਵਾਦ।